ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਤਰਨਜੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਗੱਤਕੇ ਸੰਬੰਧੀ ਇੱਕ ਵਿਸ਼ੇਸ਼ ਰਿਪੋਰਟ ਗੱਤਕਾ ਗੁਰੂ ਦੇ ਲਾਡਲੇ ਸਿੰਘਾਂ ਦੀ ਜੰਗੀ ਖੇਡ ਦਾ ਨਾਂ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਗੱਤਕਾ ਸਿੱਖਣਾ ਪੰਜਾਬੀ ਯੋਧਿਆਂ ਲਈ ਬਹੁਤ ਜ਼ਰੂਰੀ ਸੀ ਅੱਜ ਦੇ ਆਧੁਨਿਕ ਸਮੇਂ ਵਿੱਚ ਵੀ ਗੱਤਕਾ ਪੰਜਾਬੀ ਨੌਜਵਾਨਾਂ ਦੀ ਦਲੇਰੀ ਦਾ ਪ੍ਰਤੀਕ ਹੈ ਕੋਈ ਵੀ ਧਾਰਮਿਕ ਸਮਾਗਮ ਅਤੇ ਖੇਡ ਮੇਲਾ ਗੱਤਕੇ ਦੇ ਪ੍ਰਦਰਸ਼ਨ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ ਇੰਨਾ ਹੀ ਨਹੀਂ ਹੁਣ ਤੱਕ ਗੱਤਕੇ ਦੀ ਖੇਡ ਨੂੰ ਨੌਜਵਾਨ ਆਪਣੀ ਰੋਜ਼ੀ ਰੋਟੀ ਦਾ ਸਾਧਨ ਵੀ ਬਣਾ ਰਹੇ ਹਨ ਅੱਜ ਅਸੀਂ ਤੁਹਾਨੂੰ ਨਵਾਂ ਸ਼ਹਿਰ ਦੇ ਮਸ਼ਹੂਰ ਦਲੇਰ ਖਾਲਸਾ ਗੱਤਕਾ ਗਰੁੱਪ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਕਲਾ ਵੇਖ ਤੁਸੀਂ ਵੀ ਆਪਣੇ ਦੰਦਾਂ ਥੱਲੇ ਉਂਗਲੀ ਦਬਾਉਣ ਲਈ ਮਜਬੂਰ ਹੋ ਜਾਓਗੇ ਨਵਾਂ ਸ਼ਹਿਰ ਦੇ ਦਲੇਰ ਖਾਲਸਾ ਗੱਤਕਾ ਗਰੁੱਪ ਦੀ ਪਛਾਣ ਹੁਣ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਦੇ ਨਾਲ ਵਿਦੇਸ਼ਾਂ ਵਿੱਚ ਵੀ ਬਣ ਚੁੱਕੀ ਹੈ ਇਸ ਗੱਤਕਾ ਗਰੁੱਪ ਦੇ ਮੈਂਬਰ ਦੇਸ਼ ਦੇ ਕਈ ਸ਼ਹਿਰਾਂ ਦੇ ਨਾਲ ਹੀ ਹਾਂਗਕਾਂਗ ਅਤੇ ਮਲੇਸ਼ੀਆ ਵਿੱਚ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ ਗਰੁੱਪ ਦੇ ਪ੍ਰਧਾਨ ਨਾਨਕ ਸਿੰਘ ਅਨੁਸਾਰ ਬਚਪਨ ਤੋਂ ਹੀ ਗੱਤਕੇ ਦੀ ਖੇਡ ਉਨ੍ਹਾਂ ਲਈ ਖਿੱਚ ਦਾ ਕੇਂਦਰ ਰਹੀ ਉਹ ਵੀ ਵੱਡੇ ਹੋ ਕੇ ਗੁਰੂ ਦੀ ਲਾਡਲੀ ਫੌਜ ਦਾ ਹਿੱਸਾ ਬਣਨਾ ਚਾਹੁੰਦੇ ਸਨ ਵਾਹਿਗੁਰੂ ਦੀ ਕਿਰਪਾ ਨਾਲ ਉਨ੍ਹਾਂ ਦਾ ਸੁਪਨਾ ਸੱਚ ਹੋ ਗਿਆ ਹੈ ਹੁਣ ਉਹ ਨਾ ਸਿਰਫ ਗੱਤਕਾ ਗਰੁੱਪ ਚਲਾ ਰਹੇ ਹਨ ਸਗੋਂ ਨੇੜੇ ਦੇ ਪਿੰਡਾਂ ਵਿੱਚ 150 ਦੇ ਕਰੀਬ ਬੱਚਿਆਂ ਨੂੰ ਵੀ ਟ੍ਰੇਨਿੰਗ ਦੇ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਕੇ ਗੱਤਕੇ ਪ੍ਰਤੀ ਪ੍ਰੇਰਿਤ ਕਰਨਾ ਹੀ ਹੁਣ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੈ ਦਲੇਰ ਖਾਲਸਾ ਗੱਤਕਾ ਗਰੁੱਪ ਦੇ ਮੈਂਬਰ ਆਪਣੇ ਪ੍ਰਦਰਸ਼ਨ ਦੌਰਾਨ ਕਈ ਤਰ੍ਹਾਂ ਦੇ ਕਰਤੱਵਾਂ ਨੂੰ ਅੰਜਾਮ ਦਿੰਦੇ ਹਨ ਇਹਨਾਂ ਵਿੱਚੋਂ ਸਭ ਤੋਂ ਪ੍ਰਮੁੱਖ ਹੈ ਬਾਹਾਂ ਦੇ ਪ੍ਰਯੋਗ ਨਾਲ ਚਾਰ ਮੋਟਰਸਾਈਕਲਾਂ ਨੂੰ ਰੋਕਣਾ ਇਹ ਕਰਤੱਵ ਕਰਨ ਵਾਲੇ ਨਿਤੜਕ ਸਿੰਘ ਦਾ ਕਹਿਣਾ ਹੈ ਕਿ ਇੱਕ ਸਮੇਂ ਵਿੱਚ 10 ਮੋਟਰਸਾਈਕਲਾਂ ਨੂੰ ਰੋਕਣ ਦਾ ਕਾਰਨਾਮਾ ਵੀ ਕਰ ਚੁੱਕੇ ਹਨ ਹੁਣ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ 20 ਮੋਟਰਸਾਈਕਲਾਂ ਨੂੰ ਰੋਕ ਕੇ ਨਵਾਂ ਰਿਕਾਰਡ ਬਣਾਉਣ ਅੱਜ ਤੁਹਾਡੇ ਸਾਹਮਣੇ ਸਿੰਘ ਨੇ 10 ਮੋਟਰਸਾਈਕਲ ਖਿੱਚ ਕੇ ਦਿਖਾਣੇ ਆ ਅਸੀਂ ਬੋਲਦੇ ਨਹੀਂ ਹੈਗੇ ਕਰਕੇ ਵਿਖਾਉਣੇ ਆ मैं इस जोर नाल खिंच रहा जी पूरे अपने शरीर के जोर नाल जोर ला के पूरा खड़ के खिंच रहा जी बाहों के जोर नाल फिर जी ये स्टंट मैं 5-6 साल तो कर रहा कि पहला 15 साल हो गए मैं बेड छिंजा जाके मैं बेड चकदा हुंदा सीगा फिर मैं भाजी होना एक थां शो देखिया जाके फिर मेरे मन च चाह उठा कि मैं वध तो वध तकड़े तो तकड़े स्टंट करा कि इस वेले नौजवान पीढ़ी दस सकां जिहड़ी कि नशियां वल लगी आ कि गेमां खेडो अपनी सेहतां बनाओ अगे मैं वो तो वह दसा 20 मोटरसाइकलों का वर्ल्ड रिकॉर्ड बनाना चाहता मैं जी तो 10 मैं खिंच भी चुका जी इस नाल ही ग्रुप के मैंबर अखों उत्ते पट्टी बन के नारियल तोड़न का करतव भी दिखाते हैं गतके दौरान सिंगा के करतव वेख कोई भी हैरान हो सकता है लोग इस एक खतरनाक खेड मनते हैं ਪਨਾਨਕ ਸਿੰਘ ਦਾ ਕਹਿਣਾ ਹੈ ਕਿ ਜੇਕਰ ਦਿਲ ਲਗਾ ਕੇ ਸਿੱਖਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਗੱਤਕਾ ਖੇਡਣਾ ਬਹੁਤ ਆਸਾਨ ਹੈ ਪਰ ਗੱਤਕੇ ਦੌਰਾਨ ਵਿਖਾਏ ਜਾਣ ਵਾਲੇ ਕਰਤੱਵਾਂ ਨੂੰ ਘਰ ਵਿੱਚ ਦੁਹਰਾਉਣਾ ਨਹੀਂ ਚਾਹੀਦਾ ਕਿਉਂਕਿ ਇਹ ਕਰਤੱਵ ਖਿਡਾਰੀਆਂ ਵੱਲੋਂ ਬੜੀ ਹੀ ਸੂਝ-ਬੂਝ ਅਤੇ ਸਾਵਧਾਨੀ ਨਾਲ ਮਾਹਿਰਾਂ ਦੀ ਦੇਖ-ਰੇਖ ਵਿੱਚ ਅੰਜਾਮ ਦਿੱਤੇ ਜਾਂਦੇ ਹਨ ਜੀ ਇਹ ਮੇਰਾ ਸ਼ੌਂਕ ਬਚਪਨ ਤੋਂ ਸੀ
ਅਸੀਂ ਨਿਹੰਗ ਸਿੰਘਾਂ ਨੂੰ ਦੇਖਦੇ ਹੁੰਦੇ ਸੀ ਬਚਪਨ ਵਿੱਚ ਗੱਤਕਾ ਖੇਡਦਿਆਂ ਨੂੰ, ਉਹਨਾਂ ਵੱਲ ਦੇਖ ਕੇ ਹੀ ਇਹ ਸ਼ੌਂਕ ਪੈਦਾ ਹੋਇਆ ਅਤੇ ਅੱਜ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਿਖਾ ਵੀ ਰਹੇ ਹਾਂ ਬੱਚਿਆਂ ਨੂੰ ਅਤੇ ਖੁਦ ਗੱਤਕਾ ਖੇਡ ਵੀ ਰਹੇ ਹਾਂ। ਮੇਰੇ ਗਰੁੱਪ ਵਿੱਚ ਤਕਰੀਬਨ 150 ਬੱਚਾ ਹੈ ਔਰ ਅਸੀਂ ਹੁਣ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਗੱਤਕੇ ਦੀ ਕਲਾਸਾਂ ਲਾ ਰਹੇ ਹਾਂ। ਸਾਡਾ ਮੇਨ ਮਕਸਦ ਇਹੀ ਆ ਕਿ ਜੋ ਅੱਜ ਕੱਲ੍ਹ ਪੰਜਾਬ ਵਿੱਚ ਨਸ਼ੇ ਦਾ ਦੌਰ ਚੱਲ ਰਿਹਾ ਹੈ, ਇਹਨੂੰ ਤਕਰੀਬਨ ਬੱਚਿਆਂ ਨੂੰ ਵੱਧ ਤੋਂ ਵੱਧ ਬਚਾ ਸਕੀਏ। ਅਸੀਂ ਇਹ ਬਿਲਕੁਲ ਨਿਸ਼ਕਾਮ ਸੇਵਾ ਕਰਦੇ ਹਾਂ, ਬੱਚਿਆਂ ਨੂੰ ਪਿੰਡ ਪਿੰਡ ਜਾ ਕੇ ਗੱਤਕਾ ਸਿਖਾਉਂਦੇ ਹਾਂ। ਜਿੱਥੇ ਵੀ ਅਸੀਂ ਕੋਈ ਸਟੇਜ ਸ਼ੋਅ ਲਾਈਦਾ ਆ ਉੱਥੇ ਇਹੀ ਬੇਨਤੀ ਕਰੀਦੀ ਆ ਕਿ ਇਹ ਕੋਈ ਆਮ ਬੰਦਾ ਸਟੰਟ ਨਾ ਕਰੇ, ਕਿਉਂਕਿ ਸਾਡੀ ਟ੍ਰੇਨਿੰਗ ਪ੍ਰੋਫੈਸ਼ਨਲ ਤੌਰ 'ਤੇ ਕੀਤੀ ਜਾਂਦੀ ਆ, ਅਸੀਂ ਉੱਥੋਂ ਸਿੱਖ ਹੀ ਫਿਰ ਅਸੀਂ ਸਟੰਟ ਕਰਦੇ ਹਾਂ ਜੀ। ਇਹ ਤਾਂ ਆਪਣੇ ਉੱਪਰ ਡਿਪੈਂਡ ਹੈ, ਕੋਈ ਵੀ ਕੰਮ ਔਖਾ ਨਹੀਂ ਹੁੰਦਾ ਜੇ ਆਪਾਂ ਦਿਲ ਲਾ ਕੇ ਕਰੀਏ। ਬਹੁਤ ਸੌਖਾ ਹੈ ਗੱਤਕਾ ਖੇਡਣਾ ਅਤੇ ਮੈਂ ਹਰ ਇੱਕ ਬੱਚੇ ਨੂੰ ਇਹੀ ਅਪੀਲ ਕਰਦਾ ਹਾਂ, ਬੱਚਿਓ ਤੁਸੀਂ ਗੱਤਕੇ ਦੇ ਨਾਲ ਜੁੜੋ ਅਤੇ ਆਪਣੇ ਵਿਰਸੇ ਨੂੰ ਸੰਭਾਲੋ। ਇਸ ਗੱਤਕਾ ਗਰੁੱਪ ਦੇ ਮੈਂਬਰ ਕਈ ਫਿਲਮਾਂ ਅਤੇ ਪੰਜਾਬੀ ਐਲਬਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਇਹਨਾਂ ਦੇ ਕਰਤੱਵ ਵੇਖੀ ਕਈ ਨੌਜਵਾਨ ਸਿੱਖੀ ਅਤੇ ਗੱਤਕੇ ਦੀ ਖੇਡ ਪ੍ਰਤੀ ਆਕਰਸ਼ਿਤ ਹੋਏ ਹਨ। ਅਜੇ ਇੱਕ ਨੌਜਵਾਨ ਦਾ ਕਹਿਣਾ ਹੈ ਕਿ ਗੁਰੂ ਦਾ ਬਾਣਾ ਪਹਿਨਣ ਨਾਲ ਉਸਨੂੰ ਨਵੀਂ ਪਛਾਣ ਮਿਲੀ ਏ, ਹੁਣ ਲੋਕ ਉਸਨੂੰ ਸਤਿਕਾਰ ਭਰੀਆਂ ਨਜ਼ਰਾਂ ਨਾਲ ਵੇਖਦੇ ਹਨ। ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਅਤੇ ਖੇਡਾਂ ਨਾਲ ਜੋੜਨ ਲਈ ਗੱਤਕਾ ਦੀ ਵੀ ਬਹੁਤ ਮਹੱਤਵਪੂਰਨ ਭੂਮਿਕਾ ਏ। ਮੈਨੂੰ ਇਸ ਗਰੁੱਪ ਵਿੱਚ ਜੁੜਨ ਨਾਲ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਅਤੇ ਇਲਾਕੇ ਵਿੱਚ ਮੇਰੀ ਪਹਿਚਾਣ ਬਣੀ ਆ ਅਤੇ ਪਤਾ ਚੱਲ ਰਿਹਾ। ਅੱਗੇ ਮੈਂ ਕਟਿੰਗ 'ਚ ਸੀਗਾ, ਜਦੋਂ ਮੈਂ ਗੁਰੂ ਨਾਲ ਜੁੜਿਆ ਅਤੇ ਗੁਰੂ ਦੇ ਬਾਣੇ ਨਾਲ ਜੁੜਿਆ ਅਤੇ ਮੈਨੂੰ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੋਈ ਦਲੇਰ ਖਾਲਸਾ ਦੇ ਨਾਲ ਜੁੜਨ ਦੇ ਨਾਲ ਕਿ ਮੇਰੀ ਇਲਾਕੇ ਵਿੱਚ ਪਹਿਚਾਣ ਬਣੀ ਕਿ ਮੈਨੂੰ ਜੋ ਗੁਰੂ ਨੇ ਮੇਰਾ ਬਾਣਾ ਦਿੱਤਾ, ਮੈਨੂੰ ਸਿੱਖੀ ਦਿੱਤੀ ਹੈ ਅਤੇ ਕੀ ਰੁਤਬਾ ਕੀ ਗੁਰੂ ਦੇ ਨਾਲ ਜੁੜਨਾ ਸਾਨੂੰ ਮਿਲਦਾ ਆ, ਉਹ ਸਾਰਾ ਕੁਝ ਮਹਿਸੂਸ ਹੋਇਆ। ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਜੋ ਸਾਡੇ ਸਿੱਖਾਂ ਨੇ ਸਾਡੇ ਗੁਰੂਆਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਨੇ ਉਹ ਸੋਚੋ, ਉਹ ਜੇ ਆਪਾਂ ਸੋਚਾਂਗੇ ਤਾਂ ਗੁਰੂ ਨਾਲ ਜੁੜਾਂਗੇ। ਸਾਨੂੰ ਗੱਤਕਾ ਇੱਕ ਗੇਮ, ਸਾਡੀ ਪੁਰਾਤਨ ਗੇਮ ਆ, ਸਾਡੇ ਸ਼ਾਸਤਰ, ਸਾਡੇ ਕਕਾਰ ਸਾਨੂੰ ਗੁਰੂ ਨੇ ਬਹੁਤ ਹੀ ਕੁਰਬਾਨੀਆਂ ਦੇ ਕੇ ਸਾਨੂੰ ਦਿੱਤੇ ਨੇ ਅਤੇ ਜੇ ਅਸੀਂ ਅੱਜ ਕੱਲ੍ਹ ਦੇ ਨਸ਼ੇ, ਤੁਹਾਨੂੰ ਪਤਾ ਪੰਜਾਬ 'ਚ ਛੇਵਾਂ ਦਰਿਆ ਵਗ ਰਿਹਾ ਨਸ਼ਿਆਂ ਦਾ, ਅਗਰ ਅਸੀਂ ਨਸ਼ੇ ਕਰੀ ਜਾਵਾਂਗੇ ਤਾਂ ਫਿਰ ਤਾਂ ਸਾਡੇ ਦਾ ਜੀਵਨ ਖਤਮ ਹੈ। ਜੇ ਅਗਰ ਗੁਰੂ ਨਾਲ ਜੁੜਾਂਗੇ ਤਾਂ ਲੋਕਾਂ 'ਚ ਵੀ ਸਾਡੀ ਸੋਭਾ ਬਣੇਗੀ ਅਤੇ ਅਸੀਂ ਸਿੱਧੇ ਰਾਹ ਵੀ ਚੱਲਾਂਗੇ। ਤੁਸੀਂ ਦੇਖ ਰਹੇ ਸੀ ਗੱਤਕੇ ਨਾਲ ਸੰਬੰਧਿਤ ਇੱਕ ਵਿਸ਼ੇਸ਼ ਰਿਪੋਰਟ। ਹੁਣ ਤਰਨ ਨੂੰ ਦੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਅਤੇ ਦੇਖਦੇ ਰਹੋ ਅਜੀਤ ਵੈਬ ਟੀਵੀ।